ਗੁਰਮੁਖ ਪਿਆਰਿਓ, ਸਤਿਗੁਰੂ ਮਹਾਰਾਜ ਨੇ ਕਿਰਪਾ ਕੀਤੀ ਹੈ। ਬਾਬਾ ਸ੍ਰੀ ਚੰਦ ਜੀ ਦਾ ਪਾਵਨ ਇਤਿਹਾਸ ਸਰਵਣ ਕਰਨ ਦਾ ਸੁਭਾਗ ਭਰਿਆ ਸਮਾਂ ਪ੍ਰਾਪਤ ਹੋਇਆ ਹੈ ਜੀ। ਕਿਸ ਤਰ੍ਹਾਂ ਬਾਬਾ ਸ੍ਰੀ ਚੰਦ ਜੀ ਨੇ ਗੁਰੂ ਨਾਨਕ ਸਾਹਿਬ ਜੀ ਦੇ ਅਸਥਾਨਾਂ ਦੀ ਸੰਭਾਲ ਕੀਤੀ ਅਤੇ ਉਹਨਾਂ ਦੇ ਧੂਣੇ ਵਿੱਚ ਕੀ ਕਰਾਮਾਤ ਸੀ, ਬਾਬਾ ਸ੍ਰੀ ਚੰਦ ਜੀ ਦੀ ਸ਼ਕਤੀ ਦੇ ਬਾਰੇ ਆਓ ਆਪਾਂ ਜਾਣਨਾ ਕਰੀਏ ਜੀ। ਗੁਰੂ ਨਾਨਕ ਸਾਹਿਬ ਜੀ ਜਦੋਂ 1549 ਈਸਵੀ ਦੇ ਵਿੱਚ ਸ੍ਰੀ ਕਰਤਾਰਪੁਰ ਸਾਹਿਬ ਦੀ ਧਰਤੀ 'ਤੇ ਮਹਾਰਾਜ ਜੋਤੀ ਜੋਤ ਸਮਾ ਗਏ, ਗੁਰੂ ਸਾਹਿਬ ਜੀ ਜਿੱਥੇ ਜੋਤੀ ਜੋਤ ਸਮਾਏ ਉੱਥੇ ਸਣੇ ਦੇ ਹੀ ਮਹਾਰਾਜ ਸੱਚਖੰਡ ਚਲੇ ਗਏ। ਇੱਕ ਚਾਦਰ ਸੀ ਜਿਹਨੂੰ ਮੁਸਲਮਾਨ ਅਤੇ ਹਿੰਦੂਆਂ ਦਾ ਆਪਸ ਵਿੱਚ ਝਗੜਾ ਹੋ ਗਿਆ ਸੀ, ਉਹਨਾਂ ਨੇ ਚਾਦਰ ਦੇ ਦੋ ਟੁਕੜੇ ਕੀਤੇ। ਮੁਸਲਮਾਨਾਂ ਨੇ ਕੀ ਕੀਤਾ ਸੀ, ਉਹ ਚਾਦਰ ਨੂੰ ਦਫਨ ਕਰਕੇ ਦਬਾ ਕੇ ਉਹਦੇ ਉੱਤੇ ਮਜ਼ਾਰ ਬਣਾ ਦਿੱਤੀ ਸੀ ਅਤੇ ਗੁਰਮੁਖ ਪਿਆਰਿਓ, ਹਿੰਦੂਆਂ ਨੇ ਸੰਸਕਾਰ ਕਰਕੇ ਉੱਥੇ ਇੱਕ ਦੇਹੁਰਾ ਇੱਕ ਮੰਦਰ ਅਸਥਾਨ ਬਣਾ ਦਿੱਤਾ ਸੀ ਆਪਣਾ। ਬਹੁਤ ਸਮਾਂ ਤਾਂ ਇਹ ਇੱਦਾਂ ਹੀ ਰਹੇ, ਪਰ ਬਰਸਾਤਾਂ ਦੇ ਕਾਰਨ ਇੱਕ ਵਾਰ ਰਾਵੀ ਦਰਿਆ ਉੱਥੇ ਵਗਦਾ ਇੰਨਾ ਚੜ੍ਹਿਆ ਰਾਵੀ ਦਰਿਆ ਦੋਵਾਂ ਨੂੰ ਨਾਲ ਰੋੜ ਕੇ ਲੈ ਗਿਆ ਸੀ। ਜਿੱਥੇ ਚਾਦਰ ਦੇ ਦੋ ਟੁਕੜੇ ਹੋਏ ਗੁਰੂ ਨਾਨਕ ਸਾਹਿਬ ਜੀ ਦੀ ਉਹ ਚਾਦਰ, ਉੱਥੇ ਦੇਸ਼ ਦੇ ਦੋ ਟੁਕੜੇ ਹੋ ਗਏ ਸੀ। ਮੁਸਲਮਾਨਾਂ ਨੇ ਆਪਣੀ ਥਾਂ ਫਿਰ ਸੰਵਾਰ ਕੇ ਸੰਭਾਲ ਕੀਤੀ। ਇੱਦਾਂ ਬਾਬਾ ਸ੍ਰੀ ਚੰਦ ਜੀ ਉੱਥੇ ਆਉਂਦੇ ਆ, ਉੱਥੋਂ ਦੀ ਰਾਖ ਸਾਰੀ ਵਿਭੂਤੀ ਦੀ ਗਾਗਰ ਨੂੰ ਲੱਭਿਆ ਉਹਨਾਂ ਨੇ, ਲੱਭ ਕੇ ਕਰਤਾਰਪੁਰ ਸਾਹਿਬ ਦੇ ਦੱਖਣ ਦੇ ਵੱਲ ਗਏ ਆ। ਦੋ ਕੋਹਾਂ ਦੀ ਵਿੱਥ ਉੱਤੇ ਦਬਾ ਕੇ ਉੱਥੇ ਪੱਖਾ ਅਸਥਾਨ ਮਹਾਰਾਜ ਜੀ ਦੇ ਨਾਂ 'ਤੇ ਬਣਾਇਆ, ਨਾਲ ਇੱਕ ਖੂਹ ਪਟਵਾਇਆ ਅਤੇ ਗੁਰਮੁਖੋ ਸੰਗਤ ਦੀ ਸੇਵਾ ਵਾਸਤੇ ਖੂਹ ਲਵਾਇਆ ਅਤੇ ਇੱਥੇ ਜਿਹੜਾ ਅਸਥਾਨ ਬਣਾਇਆ ਉਹਦਾ ਨਾਮ ਡੇਰਾ ਬਾਬਾ ਨਾਨਕ ਰੱਖਿਆ, ਜੋ ਹੁਣ ਤੱਕ ਪ੍ਰਚਲਿਤ ਹੈ। ਬਹੁਤ ਘੱਟ ਸੰਗਤਾਂ ਨੂੰ ਪਤਾ ਇਹ ਅਸਥਾਨ ਦੀ ਸੇਵਾ ਧੰਨ ਧੰਨ ਬਾਬਾ ਸ੍ਰੀ ਚੰਦ ਜੀ ਕਰਦੇ ਰਹੇ ਆ। ਦੇਖੋ ਅਕਸਰ ਆਪਾਂ ਸੁਣਨ ਵਿੱਚ ਆਉਂਦਾ ਹੈ, ਆਪਾਂ ਸੁਣਦੇ ਹਾਂ ਕਿ ਉਹਨਾਂ ਨੇ ਸੇਵਾ ਨਹੀਂ ਕੋਈ ਕੀਤੀ, ਗੁਰੂ ਜੀ ਦਾ ਬਚਨ ਨਹੀਂ ਪਾਲਿਆ, ਪਰ ਮਹਾਰਾਜ ਜੀ ਦੇ ਹੀ ਹੁਕਮ ਵਿੱਚ ਸਭ ਕੁਝ ਹੋਇਆ। ਇਹ ਗੱਦੀ ਜਿਹੜੀ ਆ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਨੂੰ ਮਿਲੀ। ਇਹ ਹੁਕਮ ਤੋਂ ਤਾਂ ਕਦੇ ਬਾਹਰ ਕੋਈ ਚੀਜ਼ ਹੋ ਹੀ ਨਹੀਂ ਸਕਦੀ, ਹੁਕਮ ਦੇ ਵਿੱਚ ਹੀ ਇਹ ਸਭ ਕੁਝ ਹੋਇਆ ਸੀ। ਅਤੇ ਬਾਬਾ ਸ੍ਰੀ ਚੰਦ ਜੀ ਦੀ ਹੋਰ ਡਿਊਟੀ ਲੱਗੀ ਹੋਈ ਸੀ, ਉਹਨਾਂ ਨੇ ਫਿਰ ਇਹ ਪਾਵਨ ਅਸਥਾਨ ਦੀ ਸੇਵਾ ਕੀਤੀ ਆ, ਜੋ ਹੁਣ ਤੱਕ ਮਸ਼ਹੂਰ ਇੱਥੇ ਬਹੁਤ ਸੋਹਣਾ ਗੁਰਦੁਆਰਾ ਸਾਹਿਬ ਬਣਿਆ ਹੋਇਆ। ਜਦੋਂ ਆਪਾਂ ਕਰਤਾਰਪੁਰ ਸਾਹਿਬ ਜਾਂਦੇ ਹਾਂ, ਹੁਣ ਲਾਂਘਾ ਵੀ ਬਣਿਆ, ਤਾਂ ਸਾਧ ਸੰਗਤ ਇੱਥੇ ਜਾ ਕੇ ਨਤਮਸਤਕ ਹੁੰਦੀ ਆ। ਤਾਂ ਇਵੇਂ ਫਿਰ ਇਹ ਜ਼ਿਲ੍ਹਾ ਗੁਰਦਾਸਪੁਰ ਦੇ ਵਿੱਚ ਅੱਜ ਪ੍ਰਸਿੱਧ ਨਗਰ ਹੈ ਜੀ, ਪ੍ਰਸਿੱਧ ਅਸਥਾਨ। ਗੁਰੂ ਨਾਨਕ ਸਾਹਿਬ ਜੀ ਦੀ ਅੰਸ਼ ਵੰਸ਼ ਬੇਦੀ ਬਾਬਿਆਂ ਦਾ ਹੀ ਵਸਾਇਆ ਸ਼ਹਿਰ ਆ ਇਹ, ਇਹਨੂੰ ਮੰਨਿਆ ਜਾਂਦਾ। ਅਤੇ ਬਾਬਾ ਸ੍ਰੀ ਚੰਦ ਜੀ ਇਹ ਡੇਰਾ ਸਾਹਿਬ ਦੀ ਸੰਭਾਲ ਆਪਣੇ ਸੇਵਕ ਭਾਈ ਕਮਲੀਆ ਜੀ ਦੇ ਨਾਲ ਲੱਗ ਕੇ ਕਰਦੇ ਰਹੇ। ਪਹਿਲਾਂ ਆਪ ਕੀਤੀ ਉਹਨਾਂ ਬਹੁਤ ਸੇਵਾ, ਫਿਰ ਭਾਈ ਕਮਲੀਆ ਜੀ ਦੀ ਸੇਵਾ ਇੱਥੇ ਉਹਨਾਂ ਨੇ ਪੂਰੀ ਕਰਵਾਈ, ਕਹਿ ਕੇ ਵੀ ਰੋਜ਼ ਇੱਥੇ ਭਾਈ ਧੂਪ ਜਗ ਇਹ ਅਗਰਬੱਤੀ ਤਿਖਾਉਣੀ ਹੀ ਆ, ਸੁਗੰਧੀ ਲਾਉਣੀ ਆ, ਇਹ ਗੁਰੂ ਨਾਨਕ ਸਾਹਿਬ ਦੀ ਯਾਦ ਵਿੱਚ ਆ। ਅੰਮ੍ਰਿਤ ਵੇਲੇ ਨਾਮ ਬਾਣੀ ਦਾ ਅਭਿਆਸ ਕਰਨਾ, ਗੁਰੂ ਨਾਨਕ ਦੇਵ ਜੀ ਦੇ ਨਾਂ ਦਾ ਜੋ ਆਰਤੀ ਹੈ ਮਹਾਰਾਜ ਦੀ, ਗਗਨਮੈ ਥਾਲ ਰਵ ਚੰਦ ਦੀਪਕ ਬਣੇ ਅਤੇ ਗੋਪਾਲ ਤੇਰਾ ਆਰਤਾ,
ਇਦਾਂ ਦੇ ਸ਼ਬਦ ਬਾਬਾ ਸ੍ਰੀ ਚੰਦ ਜੀ ਉੱਥੇ ਪੜ੍ਹਦੇ ਹੁੰਦੇ ਸੀ। ਗੁਰਮੁਖੋ, ਕਰਤਾਰਪੁਰ ਸਾਹਿਬ ਦੀ ਸੇਵਾ ਸੰਭਾਲ, ਧਰਮਸਾਲ ਦੀ ਸੇਵਾ ਸੰਭਾਲ ਬਾਬਾ ਸ੍ਰੀ ਲਖਮੀ ਚੰਦ ਜੀ ਉਹਨਾਂ ਨੂੰ ਸੌਂਪੀ ਆ, ਅਤੇ ਬਾਬਾ ਸ੍ਰੀ ਚੰਦ ਜੀ ਥੋੜ੍ਹੀ ਦੂਰ ਜੰਗਲ ਵਿੱਚ ਜਾ ਕੇ ਅਤੇ ਸਮਾਧੀ ਵਿੱਚ ਲੀਨ ਹੋ ਜਾਂਦੇ। 2 ਦਿਨਾਂ ਤੱਕ ਕਈ ਵਾਰ ਇੱਕ ਰਸ ਅਖੰਡ ਸਮਾਧੀ ਅੰਦਰ ਨਿਰੰਕਾਰੀ ਧਿਆਨ ਵਿੱਚ ਜੁੜੇ ਰਹਿੰਦੇ। ਆਪਾਂ ਵੇਖਦੇ ਹਾਂ ਜੀ, ਆਪਾਂ ਜਪਜੀ ਸਾਹਿਬ ਦਾ ਪਾਠ ਕਰਨ ਲੱਗ ਜਾਈਏ, ਚੌਂਕੜਾ ਸਾਡਾ ਇਕਾਗਰਤਾ ਬਣਦੀ ਨਹੀਂ। ਅਤੇ ਉਹਨਾਂ ਮਹਾਂਪੁਰਖਾਂ ਦੀ ਕਮਾਈ ਦੇਖੋ, ਮਨ ਕਿੰਨਾ ਇਕਾਗਰ ਹੋਵੇਗਾ। 2-2 ਦਿਨ, ਕਈ ਕਈ ਦਿਨ ਵੀ ਹੋ ਜਾਂਦੇ ਸੀ, ਹਫ਼ਤਾ ਹਫ਼ਤਾ ਵੀ ਸਮਾਧੀ ਲਾਉਂਦੇ ਰਹੇ ਬਾਬਾ ਸ੍ਰੀ ਚੰਦ ਜੀ। ਮਾਤਾ ਪਿਤਾ ਜੀ ਦੇ ਅਸਥਾਨਾਂ 'ਤੇ ਜਾਣਾ, ਉਹਨਾਂ ਦੇ ਪਵਿੱਤਰ ਅਸਥਾਨਾਂ 'ਤੇ ਸੀਸ ਝੁਕਾਉਣਾ ਅਤੇ ਉੱਥੇ ਧੂਪ ਅਗਰਬੱਤੀ ਆਦਿ ਲਾਉਣੀ, ਸ਼ਬਦ ਪੜ੍ਹਨੇ, ਗੁਰੂ ਨਾਨਕ ਸਾਹਿਬ ਜੀ ਦਾ ਜਸ ਗਾਉਣਾ, ਮੁੜ ਸਮਾਧੀ ਵਿੱਚ ਲੀਨ ਹੋ ਜਾਣਾ, ਇਹ ਨਿਤਨੇ ਬਣ ਗਿਆ ਸੀ ਬਾਬਾ ਸ੍ਰੀ ਚੰਦ ਜੀ ਦਾ। ਗੁਰਮੁਖ ਪਿਆਰਿਓ, ਇੱਕ ਦਿਨ ਕੀ ਹੋਇਆ, ਜਦੋਂ ਆਪਾਂ ਕਰਾਮਾਤ ਦੀ ਗੱਲ ਕਰਦੇ ਹਾਂ, ਚਮਤਕਾਰ ਅੱਜ ਵੀ ਹੁੰਦੇ ਆ, ਉਹ ਗੱਲ ਵੱਖਰੀ ਆ। ਅਸੀਂ ਇਹਨਾਂ ਚੀਜ਼ਾਂ ਨੂੰ ਮੰਨਦੇ ਨਹੀਂ। ਡਾਕਟਰ ਭਾਈ ਵੀਰ ਸਿੰਘ ਜੀ, ਉਹਨਾਂ ਨੇ ਆਪਣੀਆਂ ਰਚਨਾਵਾਂ ਦਾ ਨਾਂ ਹੀ ਰੱਖ ਦਿੱਤਾ, ਸ੍ਰੀ ਕਲਗੀਧਰ ਜੀ ਚਮਤਕਾਰ, ਗੁਰੂ ਨਾਨਕ ਸਾਹਿਬ ਜੀ ਦਾ ਚਮਤਕਾਰ, ਤਾਂ ਇਹ ਗ੍ਰੰਥਾਂ ਦੇ ਨਾਂ ਹੀ ਚਮਤਕਾਰ ਰੱਖ ਦਿੱਤੇ। ਡਾਕਟਰ ਭਾਈ ਵੀਰ ਸਿੰਘ ਜੀ ਇੰਨੇ ਸਿਆਣੇ, ਸੁਜਾਣ ਅਤੇ ਅਧਿਆਤਮ ਤਲ 'ਤੇ ਇੰਨੀ ਸਿਖਰਾਂ ਨੂੰ ਛੂਹ ਗਏ, ਕਿਵੇਂ ਆਪਾਂ ਕਹਿ ਦਾਂਗੇ ਵੀ ਉਹਨਾਂ ਨੇ ਆਪਣੀਆਂ ਪੁਸਤਕਾਂ ਦੇ ਨਾਂ ਹੀ ਗਲਤ ਰੱਖੇ ਹੋਏ। ਨਹੀਂ ਜੀ, ਚਮਤਕਾਰ ਹੁੰਦੇ ਆ ਬੰਦੇ ਦੀ ਜ਼ਿੰਦਗੀ ਵਿੱਚ, ਜੇ ਅਸੀਂ ਭਾਵਨਾ ਬਣਾਈਏ, ਸ਼ਰਧਾ ਬਣਾਈਏ ਤਾਂ ਸਭ ਕੁਝ ਠੀਕ ਹੋ ਜਾਵੇਗਾ। ਸਾਡੇ ਮਨ ਅੰਦਰ ਜਗਿਆਸਾ ਵੀ ਪੈਦਾ ਹੋਵੇਗੀ, ਹੋਰ ਜਾਣਨ ਦੀ ਭਾਵਨਾ ਵੀ ਬਣੇਗੀ। ਬਾਬਾ ਸ੍ਰੀ ਚੰਦ ਜੀ ਇੱਕ ਦਿਨ ਕਈ ਦਿਨਾਂ ਦੀ ਸਮਾਧੀ ਮਗਰੋਂ ਬੜੇ ਉਪਰਾਮ ਚਿੱਤ ਹੋ ਗਏ, ਵਿਰਾਗ ਆ ਗਿਆ। ਦੇਖੋ, ਵਿਰਾਗ ਜਿਹੜਾ ਸਿਮਰਨ ਤੋਂ ਹੀ ਵਿਰਾਗ ਦਾ ਜਨਮ ਹੁੰਦਾ ਜੀ। ਕਿਸੇ ਨਾਲ ਬੋਲਣਾ ਚੱਲਣਾ ਛੱਡ ਦਿੱਤਾ, ਕਦੀ 2 ਵੇਲੇ ਕਿਤੇ ਕਿਤੇ ਦੁੱਧ ਛਕ ਲੈਣਾ, ਲੱਸੀ ਜਾਂ ਅੰਨ ਭਾਈ ਕਮਲੀਆ ਜੀ ਨੇ ਲਿਆ ਦੇਣਾ ਛਕ ਲੈਣਾ, ਨਹੀਂ ਤਾਂ ਪੌਣ ਆਹਾਰੀ ਬਣ ਕੇ ਦਿਨੇ ਵੀ ਰਾਤ ਨੂੰ ਵੀ ਵਾਹਿਗੁਰੂ ਪਰਮੇਸ਼ਰ ਦੇ ਧਿਆਨ ਵਿੱਚ ਬੈਠੇ ਰਹਿਣਾ। ਜਿੱਥੇ ਹੁਣ ਟਾਹਲੀ ਸਾਹਿਬ ਗੁਰਦੁਆਰਾ ਸਾਹਿਬ ਹੈ, ਆਪ ਜੀ ਨੇ ਦਰਸ਼ਨ ਕੀਤੇ ਹੋਣਗੇ, ਉੱਥੇ ਛੱਪਰੀ ਬਣੀ ਸੀ, ਉਹਦੇ ਅੰਦਰ ਹੀ ਬੈਠੇ ਰਹਿੰਦੇ। ਇਹ ਥਾਂ ਸ੍ਰੀ ਡੇਰਾ ਬਾਬਾ ਨਾਨਕ ਜੀ ਦੇ ਨੇੜੇ ਹੀ ਆ। ਜੋ ਤੁਸੀਂ ਜਾਓਗੇ ਨਾ, ਉੱਥੇ ਗੁਰਦੁਆਰਾ ਟਾਹਲੀ ਸਾਹਿਬ ਬਣਿਆ ਹੋਇਆ ਜੀ, ਘਣਾ ਜੰਗਲ ਆ। ਪਹਿਲਾਂ ਇੱਥੇ ਬਹੁਤ ਦਰਖਤ ਹੁੰਦੇ ਸੀ, ਇੱਥੇ ਬਾਬਾ ਸ੍ਰੀ ਚੰਦ ਜੀ ਨੂੰ ਇਹ ਸਥਾਨ ਪਸੰਦ ਸੀ, ਕਿਉਂਕਿ ਸਾਧੂਆਂ ਨੂੰ ਪਹਿਲਾਂ ਇਕਾਂਤ ਪਸੰਦ ਹੁੰਦੀ ਆ, ਇਕਾਂਤ ਵਿੱਚ ਉਹ ਭਜਨ ਬੰਦਗੀ ਕਰਦੇ ਆ, ਭਜਨ ਬੰਦਗੀ ਵਿੱਚੋਂ ਜੋ ਉਹਨਾਂ ਨੂੰ ਮਿਲਦਾ ਉਹ ਫਿਰ ਵੰਡ ਕੇ ਛਕਣ ਦੀ ਉਹਨਾਂ ਅੰਦਰ ਜਗਿਆਸਾ ਵੀ ਹੁੰਦੀ ਆ, ਪ੍ਰੀਤ ਵੀ ਹੁੰਦੀ ਆ, ਲੋਕਾਂ ਨਾਲ ਫਿਰ ਉਹ ਵੰਡ ਕੇ ਛਕਦੇ ਆ। ਉਹ ਗਿਆਨ, ਕੇਵਲ ਲੰਗਰ ਹੀ ਵੰਡ ਕੇ ਨਹੀਂ ਛਕਿਆ ਜਾ ਸਕਦਾ, ਗਿਆਨ ਉਹ ਸਾਰੀ ਜੋ ਜਾਣਦੇ ਹੁੰਦੇ ਆ ਮਰਿਆਦਾ, ਉਹ ਸਿਖਾਉਣ ਮਹਾਂਪੁਰਖ ਜੰਗਲਾਂ ਤੋਂ ਫਿਰ ਪਿੰਡਾਂ ਵੱਲ ਆਉਂਦੇ ਆ, ਸ਼ਹਿਰਾਂ ਵੱਲ ਆਉਂਦੇ ਆ। ਇਵੇਂ ਇਕਾਂਤ ਸੀ ਬਾਬਾ ਸ੍ਰੀ ਚੰਦ ਜੀ, ਉੱਥੇ ਆਪਣੇ ਮਨ ਨੂੰ ਸਾਧ ਰਹੇ ਆ। ਅਤੇ ਸਰਦੀ ਦਾ ਮੌਸਮ ਜਦੋਂ ਆ ਗਿਆ, ਪਹਿਲਾਂ ਤਾਂ ਸਰੀਰ ਕਰਕੇ ਨਗਨ ਅਵਸਥਾ ਵਿੱਚ ਹੀ ਰਿਹਾ ਕਰਦੇ, ਪਰ ਕਦੀ ਕਦੀ ਭਾਈ ਕਮਲੀਆ ਜੀ ਨੇ ਫਿਰ ਦੇਖਣਾ ਵੀ ਠੰਡ ਬਹੁਤ ਜ਼ਿਆਦਾ ਹੈ, ਪਿੰਡੇ ਉੱਪਰ ਕੁਝ ਨਹੀਂ ਸੀ ਲੈਂਦੇ, ਸਰਦੀਆਂ ਵਿੱਚ ਖੱਦਰ ਦੀ ਚਾਦਰ ਦੇਣੀ,
ਗਰਮ ਕੰਬਲ ਦੇ ਕੇ ਆਉਣਾ। ਜਦੋਂ ਕਰਤਾਰਪੁਰ ਸਾਹਿਬ ਉਹ ਵੱਸ ਕੇ ਬੰਦਗੀ ਕਰਦੇ ਸੀ। ਹੁਣ ਇੱਥੇ ਝੁੱਗੀ ਸੀ, ਛੱਪਰੀ ਸੀ ਅਤੇ ਨਾਲ ਰਾਵੀ ਦਰਿਆ ਸੀਗਾ ਅਤੇ ਠੰਡਾ ਰੇਤਾ। ਕੜਾਕੇ ਦੀ ਸਰਦੀ ਪੈਂਦੀ ਸੀ। ਹੁਣ ਤਾਂ ਚਾਦਰ ਜਾਂ ਕੰਬਲੀ ਲੈਣੀ ਬਾਬਾ ਜੀ ਨੇ ਛੱਡ ਦਿੱਤੀ। ਇੱਕ ਤੇੜ ਲੰਗੋਟੀ ਅਤੇ ਬਾਕੀ ਦਾ ਸਾਰਾ ਸਰੀਰ ਨਗਨ ਹੀ ਰੱਖਦੇ ਹੁੰਦੇ ਸੀ। ਇੱਦਾਂ ਦੀ ਅਵਸਥਾ ਬਣੀ ਬਾਬਾ ਸ੍ਰੀ ਚੰਦ ਜੀ ਦੀ। ਭਾਈ ਕਮਲੀਆ ਜੀ ਬੜੇ ਸਿਆਣੇ ਸੇਵਕ ਆ। ਪੋਹ ਅਤੇ ਮਾਘ ਦੇਖੋ ਭਾਈ ਕਿੰਨੀ ਇਹ ਸਰਦੀ ਪੈਂਦੀ, ਆਪਾਂ ਇੰਨੇ ਕੱਪੜੇ ਪਾ ਲਈਏ ਕਈ ਵਾਰੀ ਆਪਾਂ ਨੂੰ ਕਿੰਨੀ ਠੰਡ ਲੱਗਦੀ ਆ। ਫਿਰ ਉਦੋਂ ਸਰਦੀ ਤੋਂ ਬਚਾਉਣ ਵਾਸਤੇ ਭਾਈ ਕਮਲੀਆ ਜੀ ਨੇ ਹੀ ਬਾਬਾ ਜੀ ਦੇ ਸਨਮੁਖ ਧੂਣਾ ਤਿਖਾ ਦੇਣਾ। ਇਹ ਬਾਬਾ ਜੀ ਆਪ ਜੀ ਨਹੀਂ ਸੀ ਇਹ ਧੂਣਾ ਤਿਖਾਉਂਦੇ ਹੁੰਦੇ, ਇਹ ਬਹੁਤ ਘੱਟ ਸੰਗਤ ਨੂੰ ਪਤਾ। ਭਾਈ ਕਮਲੀਆ ਜੀ ਸੇਵਾ ਕਰਦੇ ਸੀ, ਜਿਵੇਂ ਜਦੋਂ ਗੁਰੂ ਨਾਨਕ ਸਾਹਿਬ ਜੀ ਅੱਖਾਂ ਮੀਟ ਕੇ ਬੈਠੇ ਰਹਿੰਦੇ ਜੰਗਲਾਂ ਵਿੱਚ, ਭਾਈ ਮਰਦਾਨਾ ਜੀ ਵੀ 5-7 ਕਰਮਾਂ ਦੂਰ ਖੜ ਕੇ ਪਹਿਰਾ ਦਿਆ ਕਰਦੇ ਸੀ ਕਿਤੇ ਕੋਈ ਪੰਛੀ ਜਾਨਵਰ ਉਹਨਾਂ ਦੀ ਸਮਾਧੀ ਵਿੱਚ ਵਿਘਣ ਨਾ ਪਾ ਦੇਵੇ। ਅਤੇ ਜਦੋਂ ਗੁਰੂ ਨਾਨਕ ਸਾਹਿਬ ਜੀ ਕੀਰਤਨ ਕਰਨ ਲੱਗਦੇ ਉਦੋਂ ਇੰਨੇ ਨਜ਼ਦੀਕ ਹੋ ਕੇ ਬੈਠਦੇ, ਬਿਲਕੁਲ ਗੋਡੇ ਨਾਲ ਗੋਡਾ ਖਹਿੰਦਾ। ਅਤੇ ਜਦੋਂ ਗੁਰੂ ਨਾਨਕ ਸਾਹਿਬ ਜੀ ਬੰਦਗੀ ਕਰਦੇ ਉਦੋਂ ਪਹਿਰਾ ਵੀ ਸੀ ਦਿੰਦੇ ਹੁੰਦੇ ਭਾਈ ਮਰਦਾਨਾ ਜੀ। ਤਾਂ ਇਹ ਪ੍ਰੇਮ ਦੀਆਂ ਸਾਰੀਆਂ ਗੱਲਾਂ ਨੇ। ਬਿਲਕੁਲ ਐਵੇਂ ਹੀ ਬਾਬਾ ਸ੍ਰੀ ਚੰਦ ਜੀ ਦੀ ਸੇਵਾ ਭਾਈ ਕਮਲੀਆ ਜੀ ਨੇ ਕੀਤੀ ਹੈ, ਧੂਣਾ ਤਿਖਾ ਦੇਣਾ ਅਤੇ ਆਪ ਬਾਬਾ ਜੀ ਸਮਾਧੀ ਵਿੱਚ ਲੀਨ ਹੁੰਦੇ ਸੀ। ਗੁਰਮੁਖੋ, ਫਿਰ ਤਾਂ ਮਰਿਆਦਾ ਇੱਦਾਂ ਬਣ ਗਈ, ਗਰਮੀਆਂ ਵਿੱਚ ਵੀ ਧੂਣੇ ਦਾ ਸੇਕ ਅਤੇ ਕੜਾਕੇ ਦੀ ਧੁੱਪ ਸਹਿ ਕੇ ਬਹੁਤ ਚਿਰ ਬਾਬਾ ਜੀ ਤਪਦੇ ਰਹਿੰਦੇ। ਇਸ ਤਰ੍ਹਾਂ ਭਾਵ ਕਿ ਆਪਣੇ ਸਰੀਰ ਨੂੰ ਇੰਨਾ ਪੱਕਾ ਕਰ ਲਿਆ ਕਿ ਉਹਨਾਂ ਦੀ ਮਨ ਦੀ ਅਵਸਥਾ ਚੌਥੇ ਪਦ ਵਿੱਚ ਸਰੀਰ ਨਾਲ ਕੀ ਹੋ ਰਿਹਾ ਬਾਬਾ ਜੀ ਨੂੰ ਕੋਈ ਵੀ ਪਰਵਾਹ ਨਹੀਂ। ਗੁਰੂ ਨਾਨਕ ਸਾਹਿਬ ਜੀ ਦੇ ਦਿਨ ਯਾਦ ਕਰਨੇ, ਜਦੋਂ ਗੁਰੂ ਪਿਤਾ ਜੀ ਨੇ 4 ਉਦਾਸੀਆਂ ਕੀਤੀਆਂ, ਰੋੜਾਂ ਦੀ ਗੁਰਕਰੀ ਵਿਛਾਈ ਅਤੇ ਰੇਤ ਅੱਕ ਦਾ ਆਹਾਰ ਕੀਤਾ, ਐਮਨਾਬਾਦ ਦੇ ਵਿੱਚ ਮਹਾਰਾਜ ਨੇ ਲੋਕਾਂ ਨੂੰ ਤਾਰਿਆ ਸੀ, ਉਹ ਦਿਨ ਬਾਬਾ ਸ੍ਰੀ ਚੰਦ ਜੀ ਯਾਦ ਕਰਦੇ। ਇੱਕ ਦਿਨ ਕੀ ਹੋਇਆ, ਜਦੋਂ ਬਾਬਾ ਸ੍ਰੀ ਚੰਦ ਜੀ ਆਪਣੀ ਇਹ ਧੂਣੀ ਅਤੇ ਛੱਪਰੀ ਦੇ ਸਾਹਮਣੇ ਇੱਕ ਦਿਨ ਉਹਨਾਂ ਨੇ ਟਾਹਲੀ ਦੀ ਦਾਤਨ ਕਰਕੇ ਸੁੱਟੀ ਆ ਅਤੇ ਭਾਈ ਕਮਲੀਆ ਜੀ ਨੇ ਵਾਹਿਗੁਰੂ ਦਾ ਨਾਂ ਲੈ ਕੇ ਉਹ ਜ਼ਮੀਨ ਵਿੱਚ ਗੱਡ ਦਿੱਤੀ ਆ। ਉਹ ਫਿਰ ਉੱਥੇ ਜਦੋਂ ਗੱਡੀ ਆ ਅਤੇ ਕੁਝ ਸਾਲਾਂ ਦੇ ਬਾਅਦ ਉੱਥੇ ਛਾਂ ਦੇਣ ਜੋਗਾ ਦਰਖਤ ਹੋ ਗਿਆ ਟਾਹਲੀ ਦਾ, ਜਿੱਥੇ ਹੁਣ ਡੇਰਾ ਬਾਬਾ ਨਾਨਕ ਹੈ ਨਾ ਗੁਰਦੁਆਰਾ ਸਾਹਿਬ, ਉਹਦੇ ਨੇੜੇ ਹੀ ਟਾਹਲੀ ਸਾਹਿਬ ਬਾਬਾ ਸ੍ਰੀ ਚੰਦ ਜੀ ਦੇ ਨਾਮ 'ਤੇ ਗੁਰਦੁਆਰਾ ਸਾਹਿਬ ਬਣਿਆ ਹੋਇਆ। ਸੰਗਤਾਂ ਉੱਥੇ ਜਾਂਦੀਆਂ ਨੇ, ਨਤਮਸਤਕ ਹੁੰਦੀਆਂ ਨੇ। ਮੇਰੇ ਕਹਿਣ ਦਾ ਭਾਵ ਇਹ ਆ ਵੀ ਜਿਹੜੇ ਇੱਕ ਸੇਵਕ ਹੁੰਦੇ ਆ, ਗੁਰੂਆਂ ਦੀ ਸੇਵਾ ਕਰਨ ਵਾਲੇ ਸੇਵਾਦਾਰ, ਉਹਨਾਂ ਵਿੱਚ ਵੀ ਬੜੀ ਸ਼ਕਤੀ ਹੁੰਦੀ ਆ। ਇਹ ਬਾਬਾ ਸ੍ਰੀ ਚੰਦ ਜੀ ਇਹਨਾਂ ਦੇ ਜਿਹੜੇ ਯਾਦਗਾਰੀ ਧੂਣੇ ਆ ਨਾ, ਹੁਣ ਤੱਕ ਜਿਹੜੇ ਉਹਨਾਂ ਦੀ ਉਦਾਸੀ ਸੰਪਰਦਾ ਹੈ ਉਹ ਆਪਣੀਆਂ ਥਾਵਾਂ 'ਤੇ ਧੁਖਾਉਂਦੇ ਆ ਇਹਨਾਂ ਨੂੰ, ਅਤੇ ਇਹਨੂੰ ਮੰਨਦੇ ਵੀ ਆ ਇਹ ਧੂਣੇ ਨੂੰ, ਉਹ ਵੱਖਰੀ ਗੱਲ ਆ। ਉਹਨਾਂ ਦੀ ਆਪਣੀ ਮਰਿਆਦਾ ਹੈ ਸਾਧ ਸੰਗਤ ਜੀ। ਤਾਂ ਇਹ ਏਡੀ ਕਿਰਪਾ ਹੋ ਗਈ ਬਾਬਾ ਸ੍ਰੀ ਚੰਦ ਜੀ 'ਤੇ, ਬਖਸ਼ਿਸ਼ ਹੋ ਗਈ। ਗੁਰੂ ਨਾਨਕ ਸਾਹਿਬ ਜੀ ਦੀਆਂ ਅਸੀਸਾਂ ਆਪਣੇ ਪੁੱਤਰਾਂ ਦੇ ਨਾਲ ਸੀ, ਕਿਉਂਕਿ ਆਪਾਂ ਵੇਖਦੇ ਹਾਂ ਜਿਸ ਕੁਲ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਜੀ ਨੇ ਅਵਤਾਰ ਧਾਰਨ ਕੀਤਾ ਉਹ ਕੁਲ ਕਿਵੇਂ ਨਾ ਤਰੇਗੀ ਜੀ। ਭਗਤ ਜਨਾ ਕੇ 21 ਕੁਲ ਤਰਾਏ, ਜਿੱਥੇ ਭਗਤਾਂ ਦਾ ਜਨਮ ਹੋ ਜਾਂਦਾ ਜਿਸ ਕੁਲ ਦੇ ਵਿੱਚ,
21 ਕੋਲਾਂ ਉਹਨਾਂ ਦੀਆਂ ਤਰ ਜਾਂਦੀਆਂ, ਨਾਨਕਿਆਂ ਦੀਆਂ, ਦਾਦਕਿਆਂ ਦੀਆਂ, ਸਹੁਰਿਆਂ ਦੀਆਂ 21 ਕੋਲਾਂ ਤਰਦੀਆਂ ਨੇ ਕੁੱਲ। ਮਿੱਤਰ ਦੋਸਤ ਵੀ ਤਰ ਜਾਂਦੇ ਆ। ਤਾਂ ਇਹ ਖੁਦ ਗੁਰੂ ਨਾਨਕ ਸਾਹਿਬ ਜੀ ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ, ਤਾਂ ਉਹਨਾਂ ਦੇ ਪੁੱਤਰਾਂ 'ਤੇ ਕਿਵੇਂ ਨਾ ਰਹਿਮਤ ਹੁੰਦੀ। ਬਹੁਤ ਬੇਅੰਤ ਸ਼ਕਤੀਆਂ ਬਾਬਾ ਸ਼੍ਰੀ ਚੰਦ ਜੀ ਵਿੱਚ ਸਨ, ਪਰ ਉਹ ਗੱਲ ਵੱਖਰੀ ਆ ਵੀ ਅੱਜ ਕੱਲ੍ਹ ਅਸੀਂ ਬਹੁਤ ਤਰਕਵਾਦੀ ਹੋ ਗਏ ਹਾਂ, ਇਹਨਾਂ ਗੱਲਾਂ ਨੂੰ ਅਸੀਂ ਮੰਨਣਾ ਛੱਡ ਦਿੱਤਾ ਹੈ। ਫਿਰ ਇੱਕ ਬਾਬਾ ਸ਼੍ਰੀ ਚੰਦ ਜੀ ਦੀ ਹੋਰ ਬਹੁਤ ਵੱਡਾ ਇਹ ਗਾਉਣਾ ਬਹੁਤ ਘੱਟ ਸੰਗਤ ਨੂੰ ਪਤਾ। ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੇ ਹੀ ਇਹਨਾਂ ਨੂੰ ਆਖਿਆ ਸੀ ਤੁਸੀਂ ਧਾਰਮਿਕ ਗ੍ਰੰਥਾਂ ਦਾ ਅਧਿਐਨ ਕਰਨਾ ਹੈ। ਇਸ ਕਰਕੇ ਹੀ ਬਾਬਾ ਸ਼੍ਰੀ ਚੰਦ ਜੀ ਧਾਰਮਿਕ ਗ੍ਰੰਥਾਂ ਦੇ ਚੰਗੀ ਤਰ੍ਹਾਂ ਜਾਣਕਾਰ ਸੀਗੇ। ਉਹਨਾਂ ਨੂੰ ਪਤਾ ਸੀ ਸ਼੍ਰੀ ਰਾਮ ਚੰਦਰ ਜੀ ਦਾ ਕੀ ਇਤਿਹਾਸ ਹੈ, ਸਾਰੀ ਰਮਾਇਣ ਉਹਨਾਂ ਨੇ ਪੜ੍ਹੀ ਸੀ, ਮਹਾਭਾਰਤ ਬਾਰੇ ਉਹਨਾਂ ਨੂੰ ਗਿਆਨ ਸੀ ਕਿ ਸ਼੍ਰੀ ਕ੍ਰਿਸ਼ਨ ਜੀ ਕਿਵੇਂ ਉਹਨਾਂ ਨੇ ਭਾਗਵਤ ਗੀਤਾ ਦੇ ਇਹ ਬੋਲ ਰਚੇ ਆ, ਕਿਵੇਂ ਅਰਜਨ ਨੇ ਜਦੋਂ ਹਥਿਆਰ ਸੁੱਟ ਦਿੱਤੇ ਸੀ ਕਿਵੇਂ ਉਹਨਾਂ ਨੂੰ ਹਥਿਆਰ ਚੁਕਵਾ ਦਿੱਤੇ ਆਪਣਾ ਗਿਆਨ ਦੇ ਕੇ ਭਾਈ ਕੁਰਕਸ਼ੇਤਰ ਦੇ ਮੈਦਾਨ ਦੇ ਵਿੱਚ। ਤਾਂ ਇਹ ਸਾਰੇ ਧਨੁਸ਼ਧਾਰੀ ਹੋਏ ਆ, ਜਿੰਨੇ ਵੀ ਅਵਤਾਰੀ ਪੁਰਖ ਹੋਏ ਆ, ਤ੍ਰੇਤਾ ਯੁੱਗ, ਦੁਆਪਰ ਯੁੱਗ, ਸੱਤ ਯੁੱਗ ਦੇ ਅਵਤਾਰ, ਮੱਛ ਕੱਛ ਕੀ ਅਵਤਾਰ ਹੋਏ। ਫਿਰ ਮਾਸ ਸੰਬੰਧੀ ਆਪਣੇ ਪਿਤਾ ਸਤਿਗੁਰੂ ਮਹਾਰਾਜ ਦੇ ਵਿਚਾਰਾਂ ਬਾਰੇ ਪਤਾ ਸੀ, ਅਤੇ ਉਦੋਂ ਫਿਰ ਪਤਾ ਲੱਗਿਆ ਕਿ ਜਾਨਵਰ ਜਿਹੜੇ ਆ ਨਾ ਕੁਝ ਆਉਂਦੇ ਆ, ਕਿਸਾਨ ਜਿਹੜੇ ਹਨ ਉਹਨਾਂ ਦੀਆਂ ਫਸਲਾਂ ਖਰਾਬ ਕਰ ਦਿੰਦੇ ਆ। ਇਸ ਕਰਕੇ ਬਾਬਾ ਲਖਮੀ ਚੰਦ ਜੀ ਜਿਹੜੇ ਸੀ ਉਹ ਜਾਂਦੇ ਹੁੰਦੇ ਸੀ ਸ਼ਿਕਾਰ ਖੇਡਣ, ਪਰ ਬਾਬਾ ਸ਼੍ਰੀ ਚੰਦ ਜੀ ਤੋਂ ਉਹਨਾਂ ਨੇ ਸ਼ਿਕਾਰ ਦੀ ਆਗਿਆ ਪਹਿਲਾਂ ਪ੍ਰਾਪਤ ਕੀਤੀ ਆ, ਫਿਰ ਸ਼ਿਕਾਰ ਖੇਡਿਆ। ਬਿਨਾਂ ਇਹ ਆਗਿਆ ਤੋਂ ਸ਼ਿਕਾਰ ਨਹੀਂ ਸੀ ਖੇਡਦੇ ਹੁੰਦੇ। ਬਾਬਾ ਸ਼੍ਰੀ ਚੰਦ ਜੀ ਨੂੰ ਸਭ ਕੁਝ ਪਤਾ ਸੀ, ਰਮਾਇਣ ਮਹਾਭਾਰਤ ਪ੍ਰਾਤਨ ਗ੍ਰੰਥ ਕੀ ਕਹਿੰਦੇ ਆ, ਉਹਨਾਂ 'ਚ ਕੀ ਲਿਖਿਆ, ਸਭ ਕੁਝ ਪੜ੍ਹਿਆ ਹੋਇਆ ਸੀ। ਤਾਂ ਉਹਨਾਂ ਜਾਨਵਰਾਂ ਦਾ ਸ਼ਿਕਾਰ ਕਰਨਾ ਜਿਹੜੇ ਕਿਸਾਨਾਂ ਦੀ ਫਸਲ ਖਰਾਬ ਕਰਦੇ ਆ, ਬਾਬਾ ਸ਼੍ਰੀ ਚੰਦ ਜੀ ਨੇ ਇਹ ਗੱਲ ਕਹੀ ਹੋਈ ਸੀ। ਅਤੇ ਬਾਬਾ ਲਖਮੀ ਦਾਸ ਜੀ ਜਿਹੜੇ ਹਨ ਉਹਨਾਂ ਤੋਂ ਕੁਝ ਊਣ ਤਾਈਆਂ ਹੋ ਗਈਆਂ। ਉਹ ਪਹਿਲਾਂ ਤਾਂ ਇਹ ਰੀਤੀ ਨਾਲ ਸ਼ਿਕਾਰ ਖੇਡਦੇ ਰਹੇ ਆ, ਆਗਿਆਕਾਰੀ ਰਹੇ ਆ, ਪਰ ਇੱਕ ਦਿਨ ਹੋਇਆ ਇੱਦਾਂ ਸੀ ਭਾਣਾ ਕਰਤਾਰ ਦਾ ਵਾਪਰਿਆ, ਕੁਝ ਹਿਰਨ ਸ਼ਹੇ ਛੋਟੇ ਛੋਟੇ ਖਰਗੋਸ਼ ਕਈ ਜੀਵ ਇਹਨਾਂ ਦੇ ਹੱਥੋਂ ਮਾਰੇ ਗਏ ਜੋ ਇਹ ਲਟਕਾ ਕੇ ਨਾ ਇਹਨਾਂ ਨੂੰ ਆ ਰਹੇ ਆ। ਉਦੋਂ ਬਾਬਾ ਸ਼੍ਰੀ ਚੰਦ ਜੀ ਕਈ ਦਿਨਾਂ ਦੀ ਸਮਾਧੀ ਵਿੱਚੋਂ ਬਾਹਰ ਆਏ ਹੋਏ ਸੀ, ਰੱਬ ਦੇ ਪ੍ਰੇਮ ਵਿੱਚ ਰੰਗੇ ਬੈਠੇ ਸੀ, ਬਰਾਗ ਬਹੁਤ ਜ਼ਿਆਦਾ ਆਇਆ ਹੋਇਆ ਸੀ ਉਹਨਾਂ ਨੂੰ। ਜਦੋਂ ਲਖਮੀ ਚੰਦ ਜੀ ਇਹਨਾਂ ਦੇ ਭਰਾਤਾ ਜੀ ਸਾਹਮਣੇ ਆਏ ਆ ਅਤੇ ਨਮਸਕਾਰ ਕੀਤੀ ਆ, ਬਾਬਾ ਸ਼੍ਰੀ ਚੰਦ ਜੀ ਨੂੰ ਅੱਗੋਂ ਗੁਰੂ ਨਾਨਕ ਸਾਹਿਬ ਜੀ ਦਾ ਉਹ ਪਾਵਨ ਸ਼ਬਦ ਆਖਿਆ, ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲੱਗਿਆ, ਬਰਾਗ ਇੰਨਾ ਆ ਗਿਆ ਵੀ ਤੁਹਾਨੂੰ ਤਾਂ ਕਿਹਾ ਸੀ ਭਾਈ ਉਹ ਜਾਨਵਰਾਂ ਨੂੰ ਮਾਰਿਓ ਜਿਹੜੇ ਫਸਲਾਂ ਖਰਾਬ ਕਰਦੇ ਆ। ਉਦੋਂ ਫਿਰ ਇਹਨਾਂ ਨੇ ਆਖਿਆ ਸੀ ਵੀ ਇਹ ਧਰਮ ਰਾਏ ਜਬ ਲੇਖਾ ਮੰਗੇ ਕਿਆ ਮੁੱਖ ਲੈ ਕੇ ਜਾਹੇਗਾ, ਵੀ ਇਹਦਾ ਲੇਖਾ ਕੌਣ ਦਊਗਾ, ਜਿਹੜੇ ਨਿੱਕੇ ਨਿੱਕੇ ਜੇ ਤੁਸੀਂ ਮਾਰ ਦਿੱਤੇ ਆ, ਐਸੇ ਸ਼ਿਕਾਰ ਦੀ ਤਾਂ ਤੁਹਾਨੂੰ ਆਗਿਆ ਹੀ ਨਹੀਂ ਸੀ ਦਿੱਤੀ, ਹੁਣ ਗੁਰੂ ਸਾਹਿਬ ਜੀ ਨੂੰ ਗੁਰੂ ਪਿਤਾ ਜੀ ਅੱਗੇ ਤੁਹਾਨੂੰ ਹਿਸਾਬ ਦੇਣਾ ਪੈਣਾ। ਦੇਖੋ ਏਡਾ ਵਿਸ਼ਵਾਸ ਸੀ ਕਿ ਦਰਗਾਹ ਵਿੱਚ ਜਿਹੜਾ ਲੇਖਾ ਜੋਖਾ ਹੁੰਦਾ ਉਹ ਧਰਮ ਰਾਜ ਨਹੀਂ ਗੁਰੂ ਨਾਨਕ ਸਾਹਿਬ ਜੀ ਹੀ ਕਰਨਗੇ, ਅਤੇ ਉਦੋਂ ਭਰਾ ਜੀ ਤੁਸੀਂ ਕਿਵੇਂ ਉੱਥੇ ਲੇਖਾ ਦਿਓਗੇ, ਇਹਨਾਂ ਜਾਨਵਰਾਂ ਨੂੰ ਤੁਸੀਂ ਮਾਰ ਦਿੱਤਾ,
ਤਾਂ ਉਦੋਂ ਫਿਰ ਸ਼ਰਮਾ ਕੇ ਲਖਮੀ ਚੰਦ ਜੀ ਨੇ ਆਖਿਆ ਸੀ ਕਿ ਜੇ ਅਸੀਂ ਬਾਬਾ ਨਾਨਕ ਜੀ ਦੇ ਸਪੁੱਤਰ ਹੋ ਕੇ ਵੀ ਸਾਨੂੰ ਹਿਸਾਬ ਦੇਣਾ ਪਵੇਗਾ, ਫਿਰ ਅਸੀਂ ਪੜ੍ਹਦੇ ਹਾਂ ਰੋਜ਼ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਅਤੇ ਫਿਰ ਆਖਿਆ ਵੀ ਕਰਮਾਂ ਕਰਕੇ ਬੰਦਾ ਰੱਬ ਦੇ ਨੇੜੇ ਆ, ਕਰਮਾਂ ਕਰਕੇ ਬੰਦਾ ਰੱਬ ਤੋਂ ਦੂਰ ਆ। ਚਾਹੇ ਅਸੀਂ ਗੁਰੂ ਨਾਨਕ ਪਾਤਸ਼ਾਹ ਜੀ ਦੇ ਪੁੱਤਰ ਹਾਂ, ਜੇ ਅਸੀਂ ਗਲਤ ਕਰਮ ਕਰਾਂਗੇ ਲੇਖਾ ਸਾਨੂੰ ਵੀ ਦੇਣਾ ਪਵੇਗਾ। ਤਾਂ ਇੰਨੇ ਸੁੰਦਰ ਬਚਨ ਬਾਬਾ ਸ਼੍ਰੀ ਚੰਦ ਜੀ ਦੇ ਹੁੰਦੇ ਸੀ, ਆਪਣੇ ਭਰਾ ਨੂੰ ਸਮਝਾਉਣਾ, ਸੰਗਤਾਂ ਦਾ ਸਾਥ ਦੇਣਾ, ਸਭ ਨੂੰ ਆਖਣਾ ਭਾਈ ਨਾਮ ਜਪਿਆ ਕਰੋ। ਤਾਂ ਗੱਲ ਜਦੋਂ ਸਮਾਧੀ ਦੀ ਆਉਂਦੀ ਆ, ਅਖੰਡ ਇੱਕ ਰਸ ਬਿਰਤੀ ਵਿੱਚ ਚੌਂਕੜਾ ਲਾਉਣ ਦੀ ਆਉਂਦੀ ਆ, ਉਦੋਂ ਵੱਡੇ ਵੱਡੇ ਜਿਹੜੇ ਆਪਣੇ ਆਪ ਨੂੰ ਕਹਾਉਂਦੇ ਆ ਉਹ ਡੋਲ ਜਾਂਦੇ ਆ ਭਾਈ। ਆਪਾਂ ਵੇਖਦੇ ਹਾਂ ਸੁਖਮਣੀ ਸਾਹਿਬ ਦਾ ਪਾਠ ਹੁੰਦਾ ਆਪਾਂ ਕਰਦੇ ਹਾਂ ਜਾਂ ਸਰਵਣ ਕਰਦੇ ਹਾਂ, ਕਿੰਨੇ ਲੋਕ ਆ ਜਿਨ੍ਹਾਂ ਦਾ ਮਨ ਇਕਾਗਰ ਹੁੰਦਾ, ਕਿੰਨੀ ਵਾਰੀ ਚੌਂਕੜਾ ਅਸੀਂ ਬਦਲਦੇ ਹਾਂ ਪਾਠ ਕਰਨ ਲੱਗੇ। ਇੱਥੋਂ ਹੀ ਸਾਡੀ ਬਿਰਤੀ ਦਾ ਸਾਨੂੰ ਪਤਾ ਲੱਗ ਜਾਂਦਾ ਹੈ। ਬਹੁਤਾ ਕੁਝ ਕਹਿਣ ਦੀ ਲੋੜ ਨਹੀਂ ਕਿਉਂਕਿ ਇਹ ਇਕਾਗਰਤਾ ਹੀ ਹੁੰਦੀ ਹੈ, ਸਾਡੇ ਵਿੱਚ ਇਕਾਗਰਤਾ ਨਹੀਂ, ਜਵਾਨ ਅਵਸਥਾ ਵਿੱਚ ਇਕਾਗਰਤਾ ਨਹੀਂ, ਬਜ਼ੁਰਗੀ ਵਿੱਚ ਤਾਂ ਵੈਸੇ ਵੀ ਚੌਂਕੜਾ ਨਹੀਂ ਵੱਜਦਾ। ਗੱਲਾਂ ਅਸੀਂ ਇਸ ਤਰ੍ਹਾਂ ਤਰਕਵਾਦੀ ਵਾਲੀਆਂ ਕਰਦੇ ਰਹਿੰਦੇ ਹਾਂ ਤਾਂ ਸਾਨੂੰ ਇਹ ਯਕੀਨ ਹੋਣਾ ਚਾਹੀਦਾ ਜਿਸ ਤਰ੍ਹਾਂ ਗੁਰੂ ਨਾਨਕ ਪਾਤਸ਼ਾਹ ਜੀ ਵਿੱਚ ਸ਼ਕਤੀ ਸੀ ਬਹੁਤ ਜ਼ਿਆਦਾ, ਬਾਬਾ ਸ਼੍ਰੀ ਚੰਦ ਜੀ ਦੇ ਧੂਣੇ ਵਿੱਚ ਵੀ ਸ਼ਕਤੀ ਸੀ, ਜਿਨ੍ਹਾਂ ਨੇ ਇੱਕ ਵਾਰ ਰਾਜੇ ਦਾ ਮਾਣ ਤੋੜਨ ਵਾਸਤੇ, ਸਿੱਧਾਂ ਦਾ ਮਾਣ ਤੋੜਨ ਵਾਸਤੇ ਇਹ ਧੂਣੇ ਵਿੱਚੋਂ ਕਰਾਮਾਤਾਂ ਦਿਖਾਈਆਂ ਸੀ, ਬਲਦੀ ਹੋਈ ਲੱਕੜੀ ਗੱਡ ਦਿੱਤੀ ਸੀ ਬਾਹਰ ਜੋ ਦਰਖਤ ਦਾ ਰੂਪ ਧਾਰਨ ਕਰ ਗਈ ਸੀ। ਇੱਕ ਨਹੀਂ ਅਨੇਕਾਂ ਹੀ ਕੌਤਕ ਬਾਬਾ ਸ਼੍ਰੀ ਚੰਦ ਜੀ ਨੇ ਕੀਤੇ ਹੋਏ ਹਨ ਆਪਣੀ ਜ਼ਿੰਦਗੀ ਵਿੱਚ। ਕਹਿੰਦੇ ਹੁੰਦੇ ਸੀ ਭਾਈ ਚਾਹੇ ਬੇਦੀ ਕੁੱਲ ਵਿੱਚ ਜਨਮੇ ਆ ਚਾਹੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਸਪੁੱਤਰ ਆ, ਮਾੜੇ ਕੰਮ ਕਰਾਂਗੇ ਲੇਖਾ ਸਾਨੂੰ ਵੀ ਦੇਣਾ ਪਵੇਗਾ। ਇਵੇਂ ਗੁਰਮੁਖੋ ਇਸ ਤਰ੍ਹਾਂ ਫਿਰ ਉੱਥੇ ਆਪਣੇ ਭਰਾ ਨੂੰ ਸਮਝਾਇਆ ਕਿ ਐਸਾ ਸ਼ਿਕਾਰ ਨਹੀਂ ਖੇਡਣਾ ਚਾਹੀਦਾ, ਜੋ ਤੁਹਾਨੂੰ ਕਿਹਾ ਸੀ ਉਹ ਕਰਨਾ ਚਾਹੀਦਾ। ਫਿਰ ਉਦੋਂ ਬਾਬਾ ਲਖਮੀ ਚੰਦ ਜੀ ਵੀ ਉਹ ਵੀ ਚਲੇ ਗਏ ਸੀ ਲੇਖਾ ਦੇਣ ਵਾਸਤੇ, ਉਹਨਾਂ ਨੇ ਵੀ ਆਪਣੇ ਭਰਾ ਬਾਬਾ ਸ਼੍ਰੀ ਚੰਦ ਜੀ ਦੇ ਬਚਨਾਂ ਨੂੰ ਮੰਨਿਆ ਵੀ ਲੇਖਾ ਜੇ ਦੇਣਾ ਹੀ ਆ ਤਾਂ ਹੁਣੇ ਮੈਂ ਦੇਵਾਂਗਾ। ਇਸ ਤਰ੍ਹਾਂ ਫਿਰ ਉਹਨਾਂ ਨੇ ਨਾ ਘੋੜੇ 'ਤੇ ਸਵਾਰ ਹੋ ਕੇ ਅਤੇ ਲੇਖਾ ਦੇਣ ਚਲੇ ਗਏ ਸੀ। ਉਦੋਂ ਇਹ ਵੰਸ ਨੂੰ ਜਿਹੜਾ ਰੋਕਿਆ ਅਤੇ ਪੁੱਤਰ ਨੂੰ ਰੋਕਿਆ ਬਾਬਾ ਲਖਮੀ ਚੰਦ ਜੀ, ਅਤੇ ਉਹ ਲੰਮੀ ਬਾਂਹ ਕਰਕੇ ਇਹ ਵੀ ਕੌਤਕ ਜੋ ਸਾਰੀ ਸਾਖੀ ਆਪ ਜੀ ਨੇ ਸਰਵਣ ਕੀਤੀ ਹੋਵੇਗੀ ਬਾਬਾ ਸ਼੍ਰੀ ਚੰਦ ਜੀ ਨੇ ਕੀਤਾ ਹੈ। 62 ਦੇ ਵਿੱਚ ਬਹੁਤ ਜ਼ਿਆਦਾ ਰੌਣਕਾਂ ਲੱਗੀਆਂ, ਕਰਤਾਰਪੁਰ ਸਾਹਿਬ ਦੀ ਧਰਤੀ 'ਤੇ ਬਾਬਾ ਜੀ ਨੇ ਸੇਵਾ ਕੀਤੀ ਹੈ। ਗੁਰੂ ਨਾਨਕ ਸਾਹਿਬ ਜੀ ਦੇ ਅਸਥਾਨ ਸ਼੍ਰੀ ਕਰਤਾਰਪੁਰ ਸਾਹਿਬ, ਡੇਰਾ ਬਾਬਾ ਨਾਨਕ, ਗੁਰਦੁਆਰਾ ਟਾਹਲੀ ਸਾਹਿਬ, ਬਹੁਤ ਹੀ ਜ਼ਿਆਦਾ ਸੇਵਾ ਕੀਤੀ ਬਾਬਾ ਸ਼੍ਰੀ ਚੰਦ ਜੀ ਨੇ। ਫਿਰ ਕਸ਼ਮੀਰ ਗਏ ਆ, ਉੱਥੇ ਜਾ ਕੇ ਗ੍ਰੰਥਾਂ ਦਾ ਅਧਿਐਨ ਕੀਤਾ, ਬੜੀ ਬੰਦਗੀ ਦੀ ਬਹੁਤ ਜ਼ਿਆਦਾ ਨਾਮ ਦੀ ਕਮਾਈ ਕੀਤੀ। ਗੁਰੂ ਮਹਾਰਾਜ ਕਿਰਪਾ ਹੀ ਕਰਨ ਭਾਈ। ਇਸ ਤਰ੍ਹਾਂ ਅਸੀਂ ਵੀ ਸ਼ਰਧਾ ਬਣਾਈਏ ਆਪਣੇ ਗੁਰੂਆਂ ਉੱਪਰ। ਗੁਰੂ ਨਾਨਕ ਸਾਹਿਬ ਜੀ ਦੇ ਸਪੁੱਤਰ ਬਾਬਾ ਸ਼੍ਰੀ ਚੰਦ ਜੀ ਵਿੱਚ ਬਹੁਤ ਜ਼ਿਆਦਾ ਸ਼ਕਤੀ ਸੀ। ਅੱਜ ਵੀ ਜੇ ਕੋਈ ਭਾਈ ਅਤੇ ਜੇ ਪ੍ਰੇਮ ਦੇ ਨਾਲ ਬਾਬਾ ਜੀ ਨੂੰ ਚੇਤੇ ਕਰਦਾ ਹੈ, ਗੁਰੂ ਨਾਨਕ ਸਾਹਿਬ ਜੀ ਨੂੰ ਯਾਦ ਕਰਦਾ, ਗੱਲ ਸਾਰੀ ਪ੍ਰੇਮ ਦੀ ਆ, ਉਹਦੇ ਸਾਰੇ ਵਿਗੜੇ ਹੋਏ ਕਾਰਜ ਠੀਕ ਹੋ ਜਾਂਦੇ ਆ। ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ 'ਤੇ ਨਮਸਕਾਰ। ਰੋਜ਼ ਦੇਖੋ ਬਾਬਾ ਸ਼੍ਰੀ ਚੰਦ ਜੀ, ਧੰਨ ਬਾਬਾ ਨਾਨਕ ਜੀ, ਧੰਨ ਗੁਰੂ ਪਿਤਾ ਜੀ, ਇਸ ਤਰ੍ਹਾਂ ਬਚਨ ਉਚਾਰਦੇ
ਗੁਰੂ ਜੀ ਦੇ ਅਸਥਾਨਾਂ ਦੀ ਸੇਵਾ ਕਰਦੇ, ਧੂਫ ਤਿਖਾਉਂਦੇ, ਉੱਥੇ ਚੰਦਨ ਦਾ ਛਿੜਕਾਅ ਕਰਦੇ। ਇਹ ਬਾਬਾ ਸ੍ਰੀ ਚੰਦ ਜੀ ਦੀ ਕੁਝ ਉਦਾਸੀਨ ਸੰਪਰਦਾਵਾਂ ਦੀ ਵੱਡੀ ਦੇਣ ਆ, ਜੋ ਗੁਰੂ ਪਾਤਸ਼ਾਹ ਜੀ ਦੇ ਅਸਥਾਨਾਂ ਨੂੰ ਇਹਨਾਂ ਨੇ ਸੰਭਾਲਿਆ। ਜਦੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਇਹਨਾਂ ਉੱਪਰ ਕਿਰਪਾ ਹੋਈ ਤਾਂ ਇਹ ਬਾਬਾ ਸ੍ਰੀ ਚੰਦ ਜੀ ਦਾ ਸੰਖੇਪ ਜੇ ਆਪ ਜੀ ਨਾਲ ਇਤਿਹਾਸ ਸਾਂਝਾ ਕੀਤਾ ਹੈ। ਗੁਰੂ ਮਹਾਰਾਜ ਕਿਰਪਾ ਹੀ ਕਰਨ, ਕੀਤੀ ਹੋਈ ਵਿਚਾਰ ਹਿਰਦਿਆਂ ਵਿੱਚ ਵਸੇ, ਗੁਰ ਸ਼ਬਦਾਂ ਦੀ ਕਮਾਈ ਕਰਕੇ ਉੱਚੇ ਸੁੱਚੇ ਜੀਵਨ ਵਾਲੇ ਬਣ ਜਾਈਏ ਜੀ। ਭੁੱਲ ਚੁੱਕ ਦੀ ਖਿਮਾ ਜੀ, ਅਤੇ ਹੋ ਸੱਜਣੇ ਅਸੀਂ ਸੜੀਆਂ, ਇਉਂ ਹੋਵੇ ਸਾਹਿਬ ਸਿਉਂ ਮੇਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।